ਜਵਾਨੀ ਵੱਖਰੇ ਦੇਸ ਵੱਖਰੇ ਨਾ ਦੇ ਕਿਤੇ ਪਾਣੀ ਵਾਂਗੂ ਘੁਲ ਮਿਲ ਰਹਿੰਦੇ ਜਾਂਦੇ ਨੇ ਇਹ ਜਿੱਥੇ ਤੌਰ ਇਹਨਾਂ ਦੀ ਤੌਰ ਇਹਨਾਂ ਦੀ ਹਰ ਕੋਈ ਖੜਕੇ ਡਿੱਠੇ पहुंच गए लिए सपनों के शहर यानी कि कामची मुंबई, बोले तो आमची मुंबई। लोकां दी बिंदास स्टाइल ते बंबईया हिंदी बनाउंदी आ बॉम्बे नूं सब तो वखरा। ते मुंबई नूं लेके बहुत सारी कहानियां ने, पर मन्या ए जांदा है कि मुंबई दा नाम इत्थे दी देवी मुंबा देवी दे नाम ते। मुंबई शहर ते रोजाना लखां लोग एक सुपना लेके उतरदे ने कि एक दिन उहनां नूं बच्चन साहिब दा डायलॉग बोलन नूं मिलेगा कि आज मेरे पास बंगला है, गाड़ी है, बैंक बैलेंस है, तुम्हारे पास क्या है? हाँ। ते मुंबई कहती है कि तुम मेहनत करो, मैं ये सब तुम्हें दूंगी। वेज विच तुहानू हर तरह दी सब्जी मिलेगी, ओदा ही मुंबई विच तुहानू हर जात दे प्रांत दे लोग मिलनगे। ते जे आपा गल करी अपने बंदियां दी, तो मुंबई दी कुल आबादी विचों 60,759 अपने बंदे हैं। एक्सपेंसिव स्टेट विचो एक मन्या जांदा है। इत्थे दे मेकर्स चैंबर्स नु बनान वाला कोई होर नहीं बल्कि अपना ही बंदा है जिहदा नाम रणबीर मक्कर है। ते नरीमन पॉइंट विच होटल ओबराय बनान वाला राय बहादुर मोहन सिंह ओबराय भी अपना बंदा है। मशहूर स्पॉट गेटवे ऑफ इंडिया जिथों एंट्री लेके अंग्रेजा ने धक्के नाल अपना वेलकम किया सी, ते इसी गेट तो असी उन्हां नूं धक्के मार के गेट आउट करते सी। इंडिया दा बिजीएस्ट रेलवे स्टेशन छत्रपति शिवाजी टर्मिनस यूनेस्को दी वर्ल्ड हेरिटेज साइट विचों एक है। इनू बनाउन नूं पूरे 14 साल लगे सी। ते ए स्टेशन अपने पंजाब दे जलंधर तो लुधियाने दी सड़क वाले रूट वांग हमेशा बिजी रहिंदा है, यानी उते बस च बंदे ते बंदा चढ़िया रहिंदा है, इत्थे गड्डी ते गड्डी। मुंबई शहर दी जिंदगी दी रफ्तार बड़ी तेज है मन्या। मुंबई शहर कदे सौंदा नहीं है, ए भी मैं मन्या। मुंबई शहर च हर जात ते हर धर्म दे लोग है, चलो ए भी मैं मान लिया। पर मुंबई शहर च अपना बंदा लभना मुश्किल है? ना जी ना, ए मैं नहीं मान सकती, क्योंकि अपने बंदे दी पहचान ही वखरी होंदी है।
ਤੁਸੀਂ ਲੋ ਇੱਕ ਨਿੱਕਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਮਿਲਾਵਾਂਗੀ ਉਸ ਕੰਡੇ ਆਪਣੇ ਬੰਦੇ। ਬ੍ਰੇਕ ਤੋਂ ਬਾਅਦ ਵੈਲਕਮ ਟੂ ਦ ਸ਼ੋ ਆਪਣੇ ਬੰਦੇ। ਮੰਮਾ ਤੁਹਾਨੂੰ ਯਾਦ ਹੈ ਜਦੋਂ ਮੈਂ ਛੋਟੀ ਹੁੰਦੀ ਸੀਗੀ ਤੇ ਤੁਸੀਂ ਪਰਾਂਠੇ ਵਿੱਚ ਸਬਜ਼ੀ ਰੋਲ ਕਰਕੇ ਦਿੰਦੇ ਹੁੰਦੇ ਸੀ? ਆਹ ਦੇਖੋ, ਮੁੰਬਈ ਚ ਇਹਨੂੰ ਕਹਿੰਦੇ ਆ ਫ੍ਰੈਂਕੀ। ਇਸ ਮਸ਼ਹੂਰ ਫ੍ਰੈਂਕੀ ਨੂੰ ਚਲਾਉਣ ਵਾਲਾ ਕੋਈ ਹੋਰ ਨਹੀਂ, ਆਪਣਾ ਬੰਦਾ ਗਾ। ਤੇ ਤੁਹਾਨੂੰ ਪਤਾ ਗਾ ਮੁੰਬਈ ਚ ਲੱਖਾਂ ਲੋਕੀ ਇਹ ਫ੍ਰੈਂਕੀ ਖਾ ਕੇ ਆਪਣਾ ਢਿੱਡ ਭਰਦੇ ਨੇ। ਤੇ ਮੈਨੂੰ ਕਿਸੇ ਖਾਸ ਨੇ ਦੱਸਿਆ ਗਾ ਕਿ ਉਹ ਬੰਦਾ ਨਾ ਇੱਥੇ ਨੇੜੇ ਤੇੜੇ ਹੀ ਰਹਿੰਦਾ, ਤੇ ਉਹਨਾਂ ਨੇ ਸਾਨੂੰ ਘਰ ਵੀ ਬੁਲਾਇਆ ਗਾ। ਤੇ ਮੈਂ ਤਾਂ ਚੱਲਦੀ ਆ, ਫਿਰ ਆ ਜਾਓ। ਜਸਮੀਤ ਜੀ ਦੇ ਘਰ ਬੈਠੇ ਹਾਂ ਜਿੱਥੇ ਅਰਦਾਸ ਹੋ ਰਹੀ ਆ, ਤੇ ਮੈਨੂੰ ਇੱਥੇ ਬਿਲਕੁਲ ਪੰਜਾਬ ਵਾਲੀ ਫੀਲ ਆ ਰਹੀ ਹੈ। ਮਤਲਬ ਯਕੀਨ ਹੀ ਨਹੀਂ ਹੋ ਰਿਹਾ ਕਿ ਮੈਂ ਅੰਮ੍ਰਿਤਸਰੋਂ 1750 ਕਿਲੋਮੀਟਰ ਦੂਰ ਮੁੰਬਈ ਚ ਬੈਠੀ ਹਾਂ। ਹਾਂਜੀ, ਮੈਂ ਬੈਠੀ ਹਾਂ ਜਸਮੀਤ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਹ ਦੱਸੋ ਕਿ ਬੰਬੇ ਚ ਆਲਰੇਡੀ ਇੰਨੀ ਸਟਰੀਟ ਫੂਡਸ ਦੀ ਵੈਰਾਈਟੀਜ਼ ਹੈਗੀਆਂ ਨੇਗੀਆਂ, ਤੁਹਾਨੂੰ ਇਹ ਫ੍ਰੈਂਕੀ ਦਾ ਆਈਡੀਆ ਕਿੱਥੋਂ ਆਇਆ? ਇਹ ਆਈਡੀਆ ਆਇਆ ਸੀ ਮੇਰੇ ਡੈਡ ਨੂੰ ਜਦੋਂ ਲੰਡਨ ਤੋਂ ਵਾਪਸ ਆ ਰਹੇ ਸੀ। ਬੇਰੂਤ ਵਿੱਚ ਸੀ ਅਤੇ ਉੱਥੇ ਉਹਨਾਂ ਨੇ ਸ਼ੋਰਮਾ ਵੇਖਿਆ ਅਤੇ ਉਹ ਆਏ ਅਤੇ ਬੇਸਿਕਲੀ ਉਹ ਸੀ ਫਾਰਮਾਸਿਸਟ, ਉਹ ਫੂਡ ਲਾਈਨ ਦੇ ਨਹੀਂ ਸੀ, ਪਰ ਉਹਨਾਂ ਦਾ ਨਾ ਉਹ ਚਟੋੜਾਪਨ ਨਹੀਂ ਕਹਿੰਦੇ ਮਜ਼ਾਕ ਵਿੱਚ, ਚਟੋੜਾਪਨ ਸੀ, ਸਵਾਦ ਆ ਗਿਆ ਮੂੰਹ 'ਤੇ। ਅਤੇ ਉਹਨਾਂ ਨੇ ਆ ਕੇ ਕਿਹਾ ਮੰਮੀ ਨੂੰ ਕਿ ਚਲੋ ਅਸੀਂ ਡਿਵੈਲਪ ਕਰਦੇ ਹਾਂ। ਇੱਕ ਸਾਲ ਕੁਛ ਹੋਇਆ ਨਹੀਂ, ਫਿਰ ਦੂਜੇ ਸਾਲ ਉਹਨਾਂ ਨੇ ਡਿਵੈਲਪ ਕੀਤਾ ਅਤੇ ਹੁਣ ਬੁਲਾਈਏ ਕਿ ਸਕਸੈਸ ਹੋ ਗਿਆ। ਅਤੇ ਬ੍ਰੈਬੋਨ ਸਟੇਡੀਅਮ ਵਿੱਚ ਨਾ 1971 ਵਿੱਚ ਆ ਰਹੀ ਇੱਕ ਮੈਚ ਹੁੰਦਾ ਪਿਆ ਸੀ ਇੰਡੀਆ ਵੈਸਟ ਇੰਡੀਜ਼ ਦਾ, ਉੱਥੇ ਵੈਸਟ ਇੰਡੀਅਨ ਪਲੇਅਰ ਸੀ ਸਰ ਫਰੈਂਕ ਵਾਰਨ, ਵੈਰੀ ਗੁੱਡ ਪਲੇਅਰ। ਉਹਨੇ ਕੋਈ ਸ਼ੋਟ ਮਾਰਿਆ ਅਤੇ ਸਾਰਿਆਂ ਨੇ ਕਿਹਾ ਵਾਓ ਫਰੈਂਕੀ, ਵਾਓ ਫਰੈਂਕੀ, ਅਤੇ ਡੈਡ ਨੇ ਫਰੈਂਕੀ ਵਰਡ ਪਕੜ ਲਿਆ ਅਤੇ ਉਹ ਫੜ ਕੇ ਨਾ ਫਰੈਂਕੀ ਕ੍ਰਿਸ਼ਨ ਹੋ ਗਈ। ਖਾਲੀ ਡੈਡ ਬੜੇ ਸਮਾਰਟ ਸੀ ਕਿ ਉਹਨਾਂ ਨੇ ਟ੍ਰੇਡਮਾਰਕ ਕਰ ਦਿੱਤਾ, ਰਜਿਸਟਰ ਕਰਾ ਦਿੱਤਾ ਕਿ ਹੋਰ ਕੋਈ ਕੰਪਨੀ ਫਰੈਂਕੀ ਨਾਂ ਨਹੀਂ ਰੱਖ ਸਕਦੀ। ਦੈਟਸ ਹਾਊ ਫਰੈਂਕੀ ਆ ਗਈ। ਤੁਹਾਡੇ ਫਾਦਰ ਸਾਹਿਬ ਜਦ ਇੱਥੇ ਆਏ ਤਾਂ ਇੱਥੇ ਦੇ ਲੋਕਲ ਲੋਕ ਜਿਹੜੇ ਸੀਗੇ ਉਹਨਾਂ ਨੇ ਤੁਹਾਨੂੰ ਕਿੰਨਾ ਸਪੋਰਟ ਕੀਤਾ? ਐਕਚੁਲੀ ਉਲਟਾ ਸੀ, ਮੇਰੇ ਫਾਦਰ ਸਾਹਿਬ ਥੋੜ੍ਹੇ ਨਾ ਪਠਾਨ ਟਾਈਪ ਸੀ ਅਤੇ ਉਹਨਾਂ ਨੇ ਨਾ ਇੱਥੇ ਬਸਤੀਆਂ ਵਸਾਈ। ਮਾਈ ਫੈਮਿਲੀ ਵਾਜ਼ ਲਾਈਕ ਦਾ ਫਸਟ ਫੈਮਿਲੀ, ਕਿ ਸਾਰੇ ਬੰਦੇ ਕੋਈ ਵੀ ਪ੍ਰੋਬਲਮ ਹੁੰਦੀ ਸੀ, ਕੋਈ ਵੀ ਆਉਂਦੀ ਸੀ ਫਾਦਰ ਸਾਹਿਬ ਕੋਲ ਆਉਂਦੇ ਸੀ, ਗ੍ਰੈਂਡ ਫਾਦਰ ਕੋਲ ਆਉਂਦੇ ਸੀ, ਔਰ ਇਹ ਲੋਕ ਸੋਲਵ ਕਰਦੇ ਸੀ, ਪਰ ਸਾਰੇ ਇੱਕ ਪਰਿਵਾਰ ਸੀ। ਇੱਥੇ ਕੋਈ ਨਹੀਂ ਸੀ, ਕੋਈ ਹਿੰਦੂ ਨਹੀਂ ਸੀ, ਕੋਈ ਸਿੱਖ ਨਹੀਂ ਸੀ, ਕੋਈ ਮੁਸਲਿਮ ਨਹੀਂ ਸੀ, ਕੋਈ ਈਸਾਈ ਨਹੀਂ ਸੀ, ਸਾਰੇ ਕਾਲੋਨੀ ਦੇ ਰੈਜ਼ੀਡੈਂਟ ਸੀ। ਅਤੇ ਅਗਰ ਉਹਨੂੰ ਤੁਸੀਂ ਇੱਕ ਬੈਂਚਮਾਰਕ ਬਣਾਓ ਤਾਂ ਆਈ ਥਿੰਕ ਕਾਫੀ ਪਿਆਰ ਮਿਲਿਆ। ਮਤਲਬ ਬੰਬੇ ਦਾ ਜੋ ਕਲਚਰ ਹੈਗਾ ਗਾ ਉਹਨੂੰ ਅਡਾਪਟ ਕਰਨ ਨੂੰ ਤੁਹਾਨੂੰ ਬਿਲਕੁਲ ਵੀ ਪ੍ਰੋਬਲਮ ਨਹੀਂ ਹੋਈ? ਇਹਦਾ ਕਲਚਰ ਲੱਕਲੀ ਅਗਰ ਤੁਸੀਂ ਡੀਪ ਜਾਓ ਤਾਂ ਬੜਾ ਵਾਰਮ ਹੈਗਾ। ਜੋ ਲੋਕਲ ਮਹਾਰਾਸ਼ਟਰਨਸ ਹੈਗੇ ਨੇ ਉਹ ਬੜੇ ਪੀਸ ਲਵਿੰਗ ਬੰਦੇ ਨੇ, ਉਹਨਾਂ ਦਾ ਐਟੀਟਿਊਡ ਕੀ ਹੈ ਕਿ ਸਾਡੇ ਨਾਲ ਪੰਗਾ ਨਾ ਲਓ, ਅਸੀਂ ਤੁਹਾਡੇ ਨਾਲ ਪੰਗਾ ਲਵਾਂਗੇ, ਤੁਸੀਂ ਸਾਨੂੰ ਪਿਆਰ ਦਿਓ, ਅਸੀਂ ਤੁਹਾਨੂੰ ਪਿਆਰ ਦਿਓ। ਅਤੇ ਪੰਜਾਬੀਅਤ, ਤੁਹਾਨੂੰ ਪਤਾ ਪੰਜਾਬੀਅਤ ਕੀ ਹੈ, ਅਸੀਂ ਤਾਂ ਕਹਿੰਦੇ ਇੱਥੋਂ ਕੰਮ ਕਰੋ, ਪਿਆਰ ਕਰੋ, ਇੱਥੋਂ ਕਰੋ। ਜੋ ਮੇਰੀ ਲਾਈਫ ਦੀ ਬੈਸਟ ਪਾਰਟ ਹੈ ਕਿ ਮੈਨੂੰ ਮੁੰਬਈ ਔਰ ਮਹਾਰਾਸ਼ਟਰ ਇੰਨੇ ਪਸੰਦ ਆਏ ਕਿ ਮੇਰੀ ਵਾਟੀ ਵੀ ਮਹਾਰਾਸ਼ਟਰ। ਵਾਹ ਜੀ ਵਾਹ, ਕਿਆ ਬਾਤ ਹੈ। ਮਤਲਬ ਤੁਸੀਂ ਮੁੰਬਈ ਦੇ ਵਿੱਚ ਇੰਨਾ ਘੁਲ ਮਿਲ ਗਏ, ਇੰਨਾ ਆਪਣਾਪਨ ਮਿਲਿਆ ਕਿ ਤੁਸੀਂ ਮਤਲਬ ਕੁੜੀ ਵੀ ਮਹਾਰਾਸ਼ਟਰ ਲੱਭ ਲਈ। ਚੱਕ ਲੈਂਦੇ। ਅੱਛਾ, ਤੇ ਫਿਰ ਸਾਡੇ ਵੀ ਦਰਸ਼ਨ ਕਰਵਾ ਦਿਓ। ਸਤਿ ਸ਼੍ਰੀ ਅਕਾਲ। ਉਹ ਤਾਂ ਦੇਖ ਕੇ ਪਤਾ ਚੱਲਦਾ ਕਿ ਤੁਸੀਂ ਮਹਾਰਾਸ਼ਟਰ ਤਾਂ ਲੱਗਦੇ ਨਹੀਂ ਹੈਗੇ, ਬਿਲਕੁਲ ਪੰਜਾਬੀ। ਉਹ ਮੇਰਾ ਪਿਆਰ ਹੈ ਜੀ। ਉਹ ਅੱਛਾ ਜੀ, ਬਿਲਕੁਲ ਮੇਰਾ ਪਿਆਰ ਹੈ, ਪੁੱਛ ਲਓ ਨਾ। ਤੇ ਤੁਹਾਡੀ ਫੈਮਿਲੀ ਨੇ ਐਕਸੈਪਟ ਕਰ ਲਿਆ ਸੀ? ਪਹਿਲੇ ਨਹੀਂ ਕੀਤਾ ਸੀ, ਪਹਿਲੇ ਥੋੜਾ ਜਿਹਾ ਉਹ ਟੂ ਸਟੇਟਸ ਨਹੀਂ ਆਏ ਪਿੱਛੇ, ਉਦਾਂ ਸੀ। ਮੋਮ ਡੈਡ ਸੋਚਦੇ ਸੀ ਕਿਉਂਕਿ ਨਹੀਂ ਪੰਜਾਬੀ ਨੌਰਥ ਇੰਡੀਆ ਤੋਂ ਹੀ ਹੋਣੀ ਚਾਹੀਦੀ ਹੈ, ਅਤੇ ਸਾਊਥ ਇੰਡੀਅਨ ਇਹਨਾਂ ਦੇ ਫਾਦਰ ਸਾਹਿਬ ਸਾਊਥ ਇੰਡੀਅਨ, ਮਦਰ ਮਹਾਰਾਸ਼ਟਰ ਨਗਰ, ਉਹਨਾਂ ਨੂੰ ਲੱਗਦਾ ਸੀ ਸਾਊਥ ਇੰਡੀਅਨ ਦਾ ਕਨਸੈਪਟ ਅਲੱਗ ਹੁੰਦਾ ਸੀ। ਫਿਰ ਇੱਕ ਵਾਰ ਮਿਲੇ, ਪ੍ਰੀਤੀ ਦੀ ਨੇਚਰ ਦੇਖੀ ਅਤੇ ਫਿਰ ਪੂਰਾ ਐਕਸੈਪਟ ਕਰ ਲਿਆ। ਅਤੇ ਇਹਨੇ ਕੀਤਾ ਵੀ ਬਹੁਤ ਕੁਛ ਮੇਰੇ ਪੇਰੈਂਟਸ ਵਾਸਤੇ, ਗੁਰਮੁਖੀ ਸਿੱਖੀ, ਗ੍ਰੰਥ ਸਾਹਿਬ ਪੜ੍ਹਦੀ ਹੈ, ਮੈਨੂੰ ਨਹੀਂ ਆਉਂਦੀ ਪੰਜਾਬੀ ਲਿਖਣਾ ਰਾਈਟ ਪੜ੍ਹਨਾ, ਇਹਨੂੰ ਆਉਂਦੀ, ਉਹ ਸਭ ਦੇਖ ਕੇ ਨਾ ਆਪੋ ਜਿਹਾ ਪਿਆਰ ਹੋ ਜਾਂਦਾ ਨਾ। ਇਹ ਤੁਹਾਡਾ ਵਿਆਹ ਕਿਸ ਪੰਜਾਬੀ ਸਟਾਈਲ 'ਚ ਹੋਇਆ ਸੀ ਜਾਂ ਮਰਾਠੀ? ਗੁਰਦੁਆਰੇ 'ਚ। ਇਹਨਾਂ ਨੇ ਬੋਲਿਆ ਨਹੀਂ ਕਿ ਮੈਂ ਮਰਾਠੀ ਸਟਾਈਲ 'ਚ ਵੀ ਕਰਨਾ ਗਾ? ਇਹਨਾਂ ਦੀ ਫੈਮਿਲੀ ਦਾ ਜੋ ਬੈਸਟ ਪਾਰਟ ਸੀ ਨਾ, ਉਹਨਾਂ ਦੇ ਸੰਸਕਾਰ, ਉਹਨਾਂ ਦੇ ਸੰਸਕਾਰ ਸੀ ਕਿ ਜਿੱਥੇ ਕੁੜੀ ਜਾ ਰਹੀ ਹੈ ਨਾ ਉਹਨਾਂ ਦੀ ਫੈਮਿਲੀ ਦਾ ਫੋਲੋ ਕਰ। ਸਾਰਿਆਂ ਨੇ ਗੁਰਦੁਆਰੇ 'ਚ ਪੱਗ ਬੰਨ੍ਹੀ, ਖਾਲੀ ਇਹਨਾਂ ਨੂੰ ਸਮਝ ਨਹੀਂ ਆਉਂਦਾ ਸੀ ਕਿ ਇੰਨੇ ਸਰਦਾਰ ਇੱਕ ਸਾਥ ਨੱਚ ਕਿਉਂ ਰਹੇ। ਤੁਸੀਂ ਮੈਨੂੰ ਦੱਸਿਆ ਇਹਨਾਂ ਨੇ ਪੰਜਾਬੀ ਸਿੱਖ ਲਈ, ਤੁਹਾਨੂੰ ਨਹੀਂ ਆਉਂਦਾ?
ਤੁਸੀਂ ਮਰਾਠੀ ਕਲਚਰ ਅਡਾਪਟ ਕੀਤਾਗਾ? ਜਦੋਂ ਉਹਨਾਂ ਦੇ ਫਾਦਰ ਸਾਹਿਬ ਸੀ ਤਦ ਉਹਨਾਂ ਦੇ ਘਰ ਗਣਪਤੀ ਜੀ ਆਉਂਦੇ ਸੀ, ਅਸੀਂ ਜਾਂਦੇ ਸੀ, ਆਰਤੀ ਕਰਦੇ ਸੀ। ਅਤੇ ਸਾਡਾ ਤਾਂ ਰਿਲੀਜਨ ਅਗਰ ਤੁਸੀਂ ਦੇਖੋ ਤਾਂ ਇੱਕ ਓਮਕਾਰ ਗੋਡ ਇਜ਼ ਵਨ, ਮਤਲਬ ਮੈਂ ਉਹੀ ਸਮਝਦਾ ਕਿ ਗੋਡ ਇਜ਼ ਵਨ, ਮੈਂ ਕਦੀ ਇਹ ਡਿਫਰੈਂਸ਼ੀਏਟ ਕਰ ਹੀ ਨਹੀਂ ਸਕਦਾ। ਅਤੇ ਸੇਮ ਇਹਨਾਂ ਦੀ ਫੈਮਿਲੀ ਸੀ, ਅਤੇ ਮੈਂ ਗਣਪਤੀ ਮਹਾਰਾਜ ਨੂੰ ਵੀ ਮੱਥਾ ਟੇਕਣਾ, ਵਾਹਿਗੁਰੂ ਨੂੰ ਵੀ ਮੱਥਾ ਟੇਕਣਾ। ਤੁਸੀਂ ਪ੍ਰੀਤੀ ਜੀ ਨੂੰ ਕਦੇ ਪੰਜਾਬ ਲੈ ਕੇ ਗਏ ਹੋ? ਮੈਂ ਨਹੀਂ ਲੈ ਕੇ ਗਿਆ, ਪਹਿਲੇ ਇਹ ਮੈਨੂੰ ਲੈ ਕੇ ਗਈ। ਮੇਰੀ ਲਾਈਫ ਦੀ ਸਭ ਤੋਂ ਬੈਸਟ ਸਟੋਰੀ ਹੈ ਕਿ ਸਾਡਾ ਮੁੰਡੇ ਦਾ ਫਸਟ ਬਰਥਡੇ ਸੀ ਅੰਗਦ ਦਾ, ਅਤੇ ਇਹਨੇ ਕਿਹਾ ਮੈਂ ਪਹਿਲਾ ਬਰਥਡੇ ਦਰਬਾਰ ਸਾਹਿਬ, ਅਤੇ ਅੰਗਦ ਦਾ ਪਹਿਲਾ ਬਰਥਡੇ ਅਸੀਂ ਦਰਬਾਰ ਸਾਹਿਬ ਗਏ, ਮੱਥਾ ਟੇਕਿਆ, ਉੱਥੇ ਜੋ ਵੀ ਸੈਰੇਮਨੀ ਕਰਨੀ ਸੀ। ਅਤੇ ਇਹ ਪਹਿਲੇ ਵਿਆਹ ਤੋਂ ਬਾਅਦ, ਇਹ ਪਹਿਲੇ ਮੈਨੂੰ ਲੈ ਕੇ ਗਈ। ਸੋ ਵਿਆਹ ਤੋਂ ਬਾਅਦ ਤੁਸੀਂ ਪੰਜਾਬੀ ਖਾਣਾ ਬਣਾਉਂਦੇ ਸੀ ਜਾਂ ਮਰਾਠੀ ਬਣਾਉਂਦੇ ਸੀ? ਪੰਜਾਬੀ ਖਾਣਾ ਹੀ ਬਣਾਉਂਦੇ। ਆਉਂਦੇ ਹੀ ਤੁਸੀਂ ਪੰਜਾਬੀ ਖਾਣਾ ਸ਼ੁਰੂ ਕਰ ਦਿੱਤਾ? ਅਬਸੋਲੂਟਲੀ, ਜੋ ਨੋਰਮਲ ਖਾਣਾ ਹੁੰਦਾ ਜੈਸੇ ਬੰਬੇ ਵਿੱਚ ਲੋਕ ਪਕਾਉਂਦੇ ਹੈ ਵੈਸੇ ਹੀ ਪਕਾਉਂਦੇ ਸੀ। ਜੈਸੇ ਭਿੰਡੀ ਆਲੂ ਹੋ ਗਿਆ ਜਾਂ ਗੋਭੀ ਆਲੂ ਹੋ ਗਿਆ, ਹਰ ਸਬਜ਼ੀ ਵਿੱਚ ਆਲੂ ਤਾਂ ਹੋਣਾ ਹੀ ਹੋਣਾ ਹੈ। ਜੋ ਔਥੈਂਟਿਕ ਜੈਸੇ ਕਾਲੀ ਦਾਲ ਹੈ ਜਾਂ ਸਰਟਨ ਪੰਜਾਬੀ ਸਪੈਸ਼ਲਿਟੀਜ਼ ਹੈ, ਉਹ ਮੇਰੀ ਮਦਰ ਇਨ ਲਾਅ ਸੇ ਮੈਂ ਸਿੱਖੀ ਸੀ। ਤੁਸੀਂ ਪੰਜਾਬੀ ਫਿਲਮਾਂ ਦੇਖਦੇ ਹੋ? ਜੀ। ਕਿਹੜੀ ਕਿਹੜੀ ਫਿਲਮਾਂ ਦੇਖੀਆਂ ਨੇਗੀਆਂ? ਜਤਨ ਜੂਲੀਅਟ, ਕੈਰੀ ਔਨ ਚੱਟਾ। ਤੁਸੀਂ ਮਰਾਠੀ ਫਿਲਮਾਂ ਦੇਖਦੇ ਹੋ? ਕਦੇ ਕਦੇ ਵੇਖਣਾ, ਸੈਰਾਟ ਪਿਕਚਰ ਸੀ, ਨਟਰੰਗ ਪਿਕਚਰ ਸੀ, ਉਹ ਵੇਖੀ, ਤੇ ਬਸ ਕਦੇ ਕਦੇ ਦੇਖ ਲੈਂਦਾ। ਹਾਂਜੀ, ਹੁਣ ਘਰ 'ਚ ਬੜੀਆਂ ਗੱਲਾਂ ਬਾਤਾਂ ਹੋ ਗਈਆਂ ਤੇ ਅਸੀਂ ਬਹੁਤ ਮਸਤੀ ਮਜ਼ਾਕ ਕੀਤਾ, ਚਲੋ ਮੈਂ ਲੈ ਚੱਲਦੀ ਹਾਂ ਤੁਹਾਨੂੰ ਇੱਕ ਛੋਟੀ ਜਿਹੀ ਸੈਰ ਤੇ। ਆ ਜਾਓ। ਤੇ ਹੁਣ ਤੁਸੀਂ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ? ਮੈਂ ਤੁਹਾਨੂੰ ਉਹੀ ਜਗ੍ਹਾ ਲੈ ਕੇ ਜਾ ਰਿਹਾ ਜਿੱਥੋਂ ਮੈਂ ਸ਼ੁਰੂ ਕੀਤਾ ਸੀ, ਉਹ ਜਗ੍ਹਾ ਜਿੱਥੇ ਮੈਂ ਸਵੇਰ ਦੇ 9 ਵਜੇ ਖੜਾ ਹੋ ਜਾਂਦੀ ਅਤੇ ਰਾਤ 11 ਵਜੇ ਤੱਕ, ਉਹੀ ਜਗ੍ਹਾ ਜਿੱਥੇ ਫੈਮਿਲੀਜ਼ ਮੇਰੀ ਆਪਣੀ ਫੈਮਿਲੀਜ਼ ਬਣ ਗਈ, ਔਰ ਉਹੀ ਜਗ੍ਹਾ ਜਿੱਥੇ ਜਦ ਡੈਡ ਦਾ ਆਖਰ ਵੇਲਾ ਆ ਗਿਆ ਸੀ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਉਹਨਾਂ ਨੇ 200 ਬੰਦਿਆਂ ਨੇ ਉੱਥੇ ਬੁੱਕੇ ਭੇਜਿਆ ਸੀ ਕਿ ਮੇਰੇ ਵਾਲਦ ਸਾਹਿਬ ਮੇਰੇ ਫਾਦਰ ਠੀਕ ਹੋ ਗਏ। ਦਿਸ ਇਜ਼ ਮੇਰਾ ਫਰੈਂਕੀ ਸਟੋਰ, ਦਿਸ ਇਜ਼ ਵੇਅਰ ਆਈ ਸਟਾਰਟਡ ਮਾਈ ਕਰੀਅਰ। गर्दी बराच वेळ होती, बेस्ट आउटलेट आपलंच होतं, बेस्ट आउटलेट कोणी पण असेल असे बॉस तर ते एवढे नाही करत, ते आमच्यासाठी भरपूर करतात। काही कुणी आजारी असेल किंवा काही असेल त्याच्यासाठी खर्च करतात, त्यांना विचारतात, सगळ्यांवर लक्ष ठेवतात बरोबर। तो ये सी मुलाकात अपने बंदे जसमीत सिंह जी ਦੇ ਨਾਲ ਤੇ ਮੈਨੂੰ ਲੱਗੀ ਹੈ ਬਹੁਤ ਬੁੱਕ। ਮੈਂ ਖਾਣ ਲੱਗੀ ਹਾਂ ਫਰੈਂਕੀ, ਮੈਂ ਤੁਹਾਨੂੰ ਮਿਲਦੀ ਹਾਂ ਥੋੜੀ ਦੇਰ ਬਾਅਦ। ਮੰਮੀ ਪੰਮੀ ਆਂਟੀ ਤਾਂ ਨਹੀਂ ਅੱਜ ਕਰ ਯਾਰੋ ਆਉਂਦੇ ਨੇ ਤੁਹਾਨੂੰ ਆਪਣੀ ਗੱਲਾਂ 'ਚ ਲਾ ਲੈਂਦੇ ਨੇ, ਤੁਸੀਂ ਵੀ ਆਪਣਾ ਧਿਆਨ ਸਾਡੇ ਸ਼ੋਅ ਤੋਂ ਹਟਾ ਦਿੰਦੇ ਹੋ। ਅਰੇ ਸਵੈਟਰ ਤੇ ਸਲਾਈਆਂ ਛੱਡੋ ਤੇ ਸਾਡਾ ਸ਼ੋਅ ਦੇਖੋ। ਹਾਂਜੀ, ਆ ਗਏ ਸਾਰੇ ਵਾਪਸ। ਤੇ ਜਿੱਦਾਂ ਕਹਿੰਦੇ ਨੇ ਕਿ ਮੁੰਬਈ ਤੁਹਾਨੂੰ ਤੁਹਾਡੀ ਉਮੀਦਾਂ ਤੋਂ ਵੱਧ ਕੇ ਦਿੰਦਾ ਹੈ, ਏਦਾਂ ਹੀ ਸਾਡੇ ਨਾਲ ਵੀ ਹੋਇਆ। ਤੇ ਹੁਣ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਹੋਰ ਆਪਣੇ ਬੰਦੇ ਦੇ ਨਾਲ, ਤੇ ਆ ਜਾਓ ਮਿਲੀਏ। ਬੰਦੇ ਵਿੱਚ ਕੁਛ ਨਾ ਕੁਛ ਵੱਖਰਾ ਹੁੰਦਾ ਹੈ। ਉੱਥੇ ਪੰਜਾਬ ਦੇ ਵਿੱਚ ਪੰਜਾਬ ਤੇ ਸਿੰਧ ਬੈਂਕ ਖੁੱਲੀ ਹੋਈ ਆ, ਤੇ ਇੱਥੇ ਮੁੰਬਈ ਦੇ ਵਿੱਚ ਪੰਜਾਬ ਸਿੰਧ ਡੇਅਰੀ ਖੁੱਲੀ ਹੋਈ ਆ, ਤੇ ਆਲਮੋਸਟ ਮੁੰਬਈ ਦੇ ਹਰ ਹੋਟਲ ਤੇ ਰੈਸਟੋਰੈਂਟ ਦੇ ਵਿੱਚ ਆਪਣੇ ਬੰਦੇ ਦਾ ਪਨੀਰ ਜਾਂਦਾ ਹੈ। ਤੇ ਮੈਂ ਇਹੀ ਆਪਣੇ ਬੰਦੇ ਨੂੰ ਅੱਜ ਮਿਲਣ ਆਈ ਆ। ਆ ਜਾ। ਜਸਵਿੰਦਰ ਸਿੰਘ ਜੀ ਤੇ ਸਵਰਨਜੀਤ ਸਿੰਘ ਜੀ ਦੇ ਘਰ ਵਿੱਚ, ਤੇ ਧੰਨਵਾਦ ਬਹੁਤ ਬਹੁਤ ਕਿ ਤੁਸੀਂ ਮੇਰਾ ਸਵਾਗਤ ਕੀਤਾ ਆਪਣੇ ਘਰ ਵਿੱਚ, ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਸ਼ੋਅ ਵਿੱਚ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਜਦ ਤੁਸੀਂ ਇਹ ਬਿਜ਼ਨਸ ਸ਼ੁਰੂ ਕੀਤਾ ਸੀਗਾ ਤਦ ਤੁਹਾਨੂੰ ਕਦੇ ਲੱਗਿਆ ਸੀਗਾ, ਕਦੇ ਤੁਸੀਂ ਸੋਚਿਆ ਸੀਗਾ ਕਿ ਇਹ ਬੰਬੇ ਦੇ ਵਿੱਚ ਇੰਨਾ ਪਾਪੂਲਰ ਹੋਏਗਾ?
ਤੇ ਪਨੀਰ ਨੂੰ ਕੋਈ ਬਹੁਤ ਹੀ ਘੱਟ ਵਿਰਲੇ ਵਿਰਲੇ ਪੰਜਾਬੀ ਬੰਦੇ ਜਾਂ ਸਿੰਧੀ ਕਮਿਊਨਿਟੀ ਹੀ ਜਾਣਦੀ ਸੀ। ਪੰਜਾਬ ਸਟੇਟ ਇਸ ਬੇਸਿਕਲੀ ਗਿਵਿੰਗ ਰਿਗਾਰਡਸ ਟੂ ਦੀ ਪੰਜਾਬੀ ਕਮਿਊਨਿਟੀ ਐਂਡ ਦੀ ਸਿੰਧੀ ਕਮਿਊਨਿਟੀ। ਮਤਲਬ ਬੈਂਕ ਤੋਂ ਰਿਲੇਟਡ ਤਾਂ ਨਹੀਂ ਹੈਗਾ ਪੰਜਾਬ ਤੇ ਸਿੰਧ ਬੈਂਕ, ਤੇ ਸਿਰਫ ਬੰਬਈ ਆ ਜਾਂ ਹੋਰ ਵੀ ਹੁਣ ਗੋਆ ਵਿੱਚ ਵੀ ਹੈ, ਗੁਜਰਾਤ ਵਿੱਚ ਵੀ ਹੈ, ਨਾਸਿਕ ਵਿੱਚ ਵੀ ਹੈ, ਹੁਣ ਇਨਫੈਕਟ ਹੈਦਰਾਬਾਦ ਵਿੱਚ ਖੁੱਲ ਰਿਹਾ ਹੈ। ਅੱਛਾ, ਨੈਕਸਟ ਮੰਥ। ਕਿੰਨੇ ਸਾਲ ਪਹਿਲਾਂ ਤੁਸੀਂ ਬਿਜ਼ਨਸ ਸ਼ੁਰੂ ਕੀਤਾ? ਉਹ ਜਿਹੜੇ ਨੇ 1969 ਦੇ ਅੰਦਰ ਬੰਬੇ ਆਏ ਹੈ। ਫਾਦਰ ਸਾਹਿਬ ਨੇ ਸਾਡੇ ਜਦੋਂ ਡਿਸਾਈਡ ਕੀਤਾ ਕਿ ਵੀ ਹੈਵ ਟੂ ਕਮ ਟੂ ਬੰਬੇ, ਬੰਬੇ ਦੇ ਅੰਦਰ ਇੱਕ ਛੋਟੀ ਜਿਹੀ ਝੁੱਗੀ ਜਿਸ ਤਰ੍ਹਾਂ ਨਹੀਂ ਹੁੰਦੀ 12x12 ਫੁੱਟ ਦੀ, ਉਸ ਜਗ੍ਹਾ 'ਤੇ ਰਹੇ। ਵੈਰੀ ਬੈਡ ਕੰਡੀਸ਼ਨ, ਜਿਹੜੀ ਕਹਿ ਸਕਦੇ ਹਾਂ ਕਿ ਇੱਕ ਕੋਈ ਵੀ ਫਾਦਰ ਆਪਣੇ ਬੱਚਿਆਂ ਨੂੰ ਉਸ ਜਗ੍ਹਾ 'ਤੇ ਰੱਖਣਾ ਨਹੀਂ ਚਾਹੇਗਾ। ਮੈਂ ਜਦੋਂ ਛੋਟਾ ਹੁੰਦਾ ਸੀ, ਆਈ ਰਿਮੈਂਬਰ ਵੈਨ ਆਈ ਵਾਜ਼ 7 ਈਅਰਸ 5 ਈਅਰਸ, ਮੈਂ ਰੱਬ ਅੱਗੇ ਇੱਕ ਹੀ ਅਰਦਾਸ ਕਰਦੇ ਸੀ, ਇਸ ਨਰਕ ਤੋਂ ਕੱਢੀ, ਆਈ ਡੋਂਟ ਵਾਂਟ ਟੂ ਸਟੇ। ਆਈ ਸਟਿਲ ਰਿਮੈਂਬਰ ਐਂਡ ਦਿਲ ਭਰ ਆਉਂਦਾ ਕਿ ਉਹ ਦਿਲ ਦੇਖੇ ਮੈਂ। ਪਰ ਸਾਡੇ ਫਾਦਰ ਦਾ ਇੱਕ ਨਿਯਮ ਸੀ, ਉਹਨਾਂ ਨੇ 1 ਘੰਟਾ ਸਿਮਰਨ ਰੋਜ਼ ਕਰਨਾ ਔਰ ਆਪਣੇ ਬੱਚਿਆਂ ਨੂੰ ਕਰਵਾਉਣਾ ਵੀ। ਸਾਨੂੰ ਉਸ ਟਾਈਮ 'ਤੇ 5 ਪੈਸੇ ਦਿੰਦੇ ਸਨ ਲਾਲਚ 'ਚ, 1/2 ਘੰਟਾ ਸਿਮਰਨ ਕਰਨਾ ਅਤੇ 5 ਪੈਸੇ ਮਿਲਣਗੇ। ਅਸੀਂ 5 ਪੈਸੇ ਦੀ ਲਾਲਚ ਅੰਦਰ ਹੀ ਪਾਠ ਵੀ ਕਰਨਾ, ਗੁਰਦੁਆਰੇ ਵੀ ਜਾਣਾ। ਅਸੀਂ ਜਦੋਂ ਇੱਥੇ ਆਏ ਤਾਂ ਇੱਕ ਛੋਟਾ ਜਿਹਾ, ਇੰਨਾ ਜਿਹਾ ਅੱਜ ਤਾਂ ਜਿੰਨਾ ਵੱਡਾ ਇਹ ਕਮਰਾ, ਉਨੀ ਵੱਡੀ ਸਾਡੀ ਛੋਟੀ ਜਿਹੀ ਫੈਕਟਰੀ ਹੁੰਦੀ ਹੋਇਆ ਕਰਦੀ ਸੀ। ਸਾਹਮਣੇ ਕੋਲੇ ਦੀ ਪੱਠੀ ਲੱਗੀ ਹੁੰਦੀ ਸੀ ਔਰ ਪਿਤਾ ਜੀ ਸਾਡੇ ਇੱਥੇ ਬੈਠਦੇ ਸਨ ਅਤੇ ਪਸੀਨੇ ਨਾਲ ਨਾ ਭਰੇ ਰਹਿੰਦੇ ਸਨ। ਉਹ ਦੇਖ ਕੇ ਨਾ, ਜਦੋਂ ਮੈਂ ਆਈ ਵਾਜ਼ 15 ਈਅਰਸ, ਜਦੋਂ ਮੈਂ ਉਹਨਾਂ ਨੂੰ ਵੇਖਦਾ ਸੀ ਨਾ, ਮੈਂ ਕਹਿੰਦਾ ਡੈਡੀ ਯਾਰ ਘੱਟ ਤੋਂ ਘੱਟ ਕੁਛ ਚੱਜ ਦਾ ਕੰਮ ਤਾਂ ਕਰ ਲਈਏ ਕੁਛ, ਅਸੀਂ ਕਦੋਂ ਤੱਕ ਇਸ ਤਰ੍ਹਾਂ। ਮੇਰੇ ਫਾਦਰ ਨੂੰ ਬੜਾ ਬੁਰਾ ਲੱਗਦਾ ਸੀ। ਮੈਨੂੰ ਅੱਜ ਵੀ ਯਾਦ ਹੈ, ਇਹਨਾਂ ਨੇ ਫਸਟ ਟਾਈਮ ਉਸ ਟਾਈਮ ਏਸੀ ਦਾ ਕੈਬਨ ਡੈਡੀ ਨੂੰ ਦਿੱਤਾ ਸੀ ਅਤੇ ਸਾਡੇ ਡੈਡੀ ਦਾ ਡਾਇਲੋਗ ਸੀ, ਮੈਨੂੰ ਅੱਜ ਵੀ ਯਾਦ ਹੈ ਕਿ ਤੁਸੀਂ ਅਮੀਰ ਪਿਓ ਦੇ ਪੁੱਤਰ ਹੋ ਅਤੇ ਮੈਂ ਗਰੀਬ ਪਿਓ ਦਾ ਪੁੱਤਰ ਹਾਂ ਅਤੇ ਮੈਨੂੰ ਏਸੀ ਨਹੀਂ ਚਾਹੀਦਾ, ਮੈਨੂੰ ਬਾਹਰ ਹੀ ਪੈਣਾ। ਗੁਰੂ ਸਾਹਿਬ ਦੀ ਬਖਸ਼ਿਸ਼ ਕਹਿ ਲਓ ਜਾਂ ਜਿਹੜੇ ਸਾਡੇ ਸੰਸਕਾਰ ਨੇ, ਡੇਲੀ ਉਹਨਾਂ ਨੇ ਸਕੂਟਰ ਲੈ ਕੇ ਸਾਈਡ ਕਾਰ ਲਗਾਈ ਹੋਈ ਸੀ ਅਤੇ ਸਾਨੂੰ ਸਾਰੇ ਬੱਚਿਆਂ ਨੂੰ ਇੱਥੋਂ ਦੀ ਖਾਰ ਤੋਂ ਦੁਕਾਨ ਉਹਨਾਂ ਨੇ 8:30 ਵਜੇ ਮੁੰਡੇ ਨੂੰ ਦੇ ਦੇਣੀ ਔਰ ਇੱਧਰੋਂ ਦੀ 8:30 ਵਜੇ ਨਿਕਲਣਾ ਸਕੂਟਰ ਤੋਂ। ਅਸੀਂ ਦਸ਼ਮੇਸ਼ ਦਰਬਾਰ ਕੁਲਿਵਾੜੇ ਜਾਣਾ, 9 ਤੋਂ 10 ਵਜੇ ਤੱਕ ਅਸੀਂ ਸਿਮਰਨ ਕਰਨਾ। ਆਉਂਦੇ ਆਉਂਦੇ ਉਹਨਾਂ ਨੇ ਕੁਛ ਨਾ ਕੁਛ ਸਾਨੂੰ ਮਿਠਾਈ ਜਾਂ ਕੁਛ ਨਾ ਕੁਛ ਕੁਲਫੀ ਖਵਾ ਕੇ ਲਿਆਉਣਾ। ਅਤੇ ਮਤਲਬ ਇਹ ਇੰਨੀ ਕਾਮਯਾਬੀ ਤੋਂ ਬਾਅਦ ਇਹ ਤਾਂ ਕਲੀਅਰ ਹੋ ਗਿਆ ਗਾ ਕਿ ਜੋ ਮਹਾਰਾਸ਼ਟਰ ਦੇ ਲੋਕ ਹੈਗੇ ਨੇ ਇਹਨਾਂ ਨੇ ਤੁਹਾਨੂੰ ਬਹੁਤ ਪਿਆਰ ਦਿੱਤਾ ਗਾ। ਸਾਡੇ ਡੈਡੀ ਜੀ ਨੇ ਸਾਨੂੰ ਦੱਸਿਆ ਕਿ ਉਹਨਾਂ ਨੂੰ ਅੱਜ ਤੱਕ ਕਦੀ ਇੱਧਰ ਕੋਈ ਤਕਲੀਫ ਆਈ ਨਹੀਂ, ਬਲਕਿ ਇਨਫੈਕਟ ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੀ ਬਹੁਤ ਰਿਸਪੈਕਟ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਤਕਲੀਫ ਆਈ ਨਹੀਂ ਡੈਡੀ ਨੂੰ ਸਾਡੇ, ਇਨਫੈਕਟ ਸਾਨੂੰ ਵੀ ਕਦੀ ਨਹੀਂ ਆਈ ਹੈ। ਐਂਡ ਮੈਂ ਤੁਹਾਨੂੰ ਸੀਰੀਅਸਲੀ ਕਹਾਂ, ਇੱਧਰ ਦੇ ਬੰਦੇ ਬਹੁਤ ਹੈਲਪਫੁਲ ਨੇਚਰ ਦੇ ਨੇ। ਸਾਨੂੰ 1 ਵਾਰ ਵੀ ਕਦੀ ਇਸ ਤਰ੍ਹਾਂ ਨਹੀਂ ਫੀਲ ਹੋਇਆ ਕਿ ਅਸੀਂ ਬਾਹਰੋਂ ਆਏ ਜਾਂ ਕੁਛ। ਬਹੁਤ ਸਾਰੇ ਇੰਸੀਡੈਂਟਸ ਇੰਡੀਆ ਦੇ ਅੰਦਰ ਹੋਏ ਨੇ ਪਰ ਸਿੱਖਾਂ ਨੂੰ ਕਦੀ ਮਹਾਰਾਸ਼ਟਰ ਦੇ ਅੰਦਰ ਮੈਂ ਨਹੀਂ ਸੁਣਿਆ ਕਿ ਕੋਈ ਪ੍ਰੋਬਲਮ ਆਈ ਹੈ। ਮੈਂ ਤਾਂ ਮਰਾਠੀ ਬੋਲ ਲੈਂਦਾ ਸੰਜੀ, ਮੈਂ ਇਤਨਾ ਬੋਲ ਲੈਂਦਾ ਕਿ ਕਈ ਕੋਈ ਪੁਲਿਸ ਵਾਲਾ ਪਕੜ ਲੇ ਅਤੇ ਛੋਟੀ ਮੋਟੀ ਮਰਾਠੀ ਗੱਲ ਕਰਕੇ ਆਪਣਾ ਆਪਣੇ ਛੁੜਾ ਲਈਦਾ ਹੈ ਕਿ ਸਾਹਿਬ ਰਾਓ ਦਿਆ ਮਲਾ ਜਾਓ ਦਿਆ ਤਾਂ ਤੁਸੀਂ ਕਾਹ ਕਰਦਾ ਅਤੇ ਕਹਿੰਦਾ ਚਲੋ ਇਹਨੂੰ ਮਰਾਠੀ ਆਉਂਦੀ ਹੈ ਅਤੇ ਚਲੋ ਬੇਟਾ ਜਾਤ। ਤੁਸੀਂ ਕਿੰਨਾ ਕੁ ਕਨੈਕਟਡ ਹੋ ਪੰਜਾਬੀਅਤ ਦੇ ਨਾਲ, ਤੁਸੀਂ ਜਾਣਦੇ ਹੋ ਪੰਜਾਬ ਆਪਣੀ ਫੈਮਿਲੀ ਨਾਲ? ਸਾਲ ਚੱਕਰ ਚੱਕਰ ਦਾ ਸਾਡਾ ਲੱਗਦਾ ਹੀ ਲੱਗਦਾ ਹੈ। ਹਰ ਸਾਲ ਹੇਮਕੁੰਟ ਸਾਹਿਬ ਜਾਈਦਾ ਅਤੇ ਹੇਮਕੁੰਟ ਸਾਹਿਬ ਤੋਂ ਬਾਅਦ ਅਸੀਂ ਅੰਮ੍ਰਿਤਸਰ ਜ਼ਰੂਰ ਮੱਥਾ ਟੇਕੀਦਾ ਅਤੇ ਸਾਲ ਚੱਕਰ ਚੱਕਰ ਸਮਝ ਦੇ ਟਾਈਮ ਵੀ ਸਾਡਾ ਲੱਗ ਜਾਂਦਾ। ਮਹਾਰਾਸ਼ਟਰ ਦਾ ਜੋ ਕਲਚਰ ਹੈਗਾ ਉਹ ਟੋਟਲੀ ਡਿਫਰੈਂਟ ਹੈਗਾ, ਤੁਸੀਂ ਕਿੰਨਾ ਕੁ ਕਨੈਕਟਡ? ਜਿਸ ਤਰ੍ਹਾਂ ਗਣੇਸ਼ ਉਤਸਵ ਬਹੁਤ ਪ੍ਰੋਮੀਨੈਂਟਲੀ ਮਨਾਇਆ ਜਾਂਦਾ, ਅਸੀਂ ਉਹਨਾਂ ਦੇ ਘਰ ਜਾ ਕੇ ਆਰਤੀ ਦਿਨ ਦਾ ਥੋੜ੍ਹਾ ਜਿਹਾ ਅਟੈਂਡ ਕਰ ਲਿਆ, ਉਹਨਾਂ ਦੇ ਘਰ ਨਾਲ ਜਾ ਕੇ ਉਹਨਾਂ ਨੂੰ ਮਿਲ ਲਿਆ। ਇਹ ਕਲਚਰ ਤਾਂ ਹੈ ਹੀ ਹੈ, ਹੁਣ ਇੱਥੇ ਰਹਿ ਕੇ ਅਸੀਂ ਉਹਨਾਂ ਸਾਰਿਆਂ ਦੇ ਨਾਲ ਪਿਆਰ ਨਾਲ ਇੱਕ ਸਾਂਝ ਬਣੀ ਹੋਈ ਹੈ, ਇੱਕ ਦੋਸਤੀਯਾਰੀ ਬਣੀ ਹੋਈ ਹੈ ਸਾਡੀ ਸਾਰਿਆਂ ਦੀ। ਤੁਹਾਡਾ ਬਿਜ਼ਨਸ ਪਨੀਰ ਦਾ ਗਾ, ਤਾਂ ਪਨੀਰ ਤਾਂ ਰੋਜ਼ ਹੀ ਘਰ ਦੇ ਵਿੱਚ ਬਣਦਾ ਹੋਵੇਗਾ ਮੈਨੂੰ ਤਾਂ ਲੱਗਦਾ ਹੈਗਾ। ਪਹਿਲਾ ਹਲਵਾਈ ਹੈ ਜਿਹੜਾ ਕਿ ਆਪਣੀ ਮਿਠਾਈ ਔਰ ਆਪਣੇ ਹੀ ਪਨੀਰ ਖਾਂਦਾ। ਜਸਵਿੰਦਰ ਸਿੰਘ ਜੀ ਦੇ ਪਰਿਵਾਰ ਨੂੰ ਵੀ ਮਿਲ ਲਿੱਤਾ ਤੇ ਗੱਲਾਂ ਬਾਤਾਂ ਵੀ ਆਪਾਂ ਕਰ ਲਈਆਂ ਤੇ ਹੁਣ ਵੇਲਾ ਹੋਇਆ ਗਾ ਬਾਈਕਸ ਦੇਖਣ ਦਾ ਤੇ ਮੈਂ ਜਾ ਰਹੀ ਹਾਂ ਸਵਰਨਜੀਤ ਦੇ ਨਾਲ ਬਾਈਕਸ ਦੇਖਣ। ਚਲੀਏ ਸਰ, ਆ ਜਾਓ ਤੁਸੀਂ ਵੀ। ਸਾਰੀਆਂ ਬਾਈਕਸ, ਮਤਲਬ ਬੰਦਾ ਇੱਕ ਵਾਰ ਸੋਚਦਾ ਹੈ ਬਾਈਕ ਲੈਣ ਵਾਸਤੇ, ਤੁਸੀਂ ਤਾਂ ਲਾਈਨ ਹੀ ਲਗਾ ਦਿੱਤੀ। ਅਤੇ ਬਚਪਨ ਤੋਂ ਬਾਈਕਸ ਦਾ ਬਹੁਤ ਸ਼ੌਕ ਰਿਹਾ ਮੈਨੂੰ ਅਤੇ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਸਾਡੇ ਨੇਬਰਸ ਹਮੇਸ਼ਾ ਬਚਪਨ ਵਿੱਚ ਇੰਪੋਰਟਡ ਬਾਈਕ ਲੈ ਕੇ ਆਉਂਦੇ ਸੀ
ਤੇ ਸਾਡੇ ਕੋਲ ਤਾਂ ਪੈਸਾ ਨਹੀਂ ਸੀ ਤੇ ਅਸੀਂ ਹਮੇਸ਼ਾ ਬਾਈਕਸ ਦੇ ਪਿੱਛੇ ਨੱਚਦੇ ਰਹਿੰਦੇ ਸੀ ਬਾਈਕਸ ਨੂੰ ਟੱਚ ਕਰਨ ਲਈ ਤੇ ਪਰਮਾਤਮਾ ਨੂੰ ਪ੍ਰੇ ਕੀਤਾ ਸੀ ਕਿ ਜਦ ਮਰਜ਼ੀ ਕਿਰਪਾ ਹੋਏਗੀ ਤੇ ਪਹਿਲੇ ਮੈਂ ਬਾਈਕ ਜ਼ਰੂਰ ਲਵਾਂਗਾ ਤੇ ਫਿਰ ਮੈਂ ਇੱਕ ਇੱਕ ਕਰਕੇ ਬਾਈਕਸ ਦਾ ਸ਼ੌਕ ਮੈਨੂੰ ਬਹੁਤ ਚੜਿਆ ਤੇ ਬਾਈਕਸ ਮੈਨੂੰ ਲੱਗੀਆਂ ਪੰਜਾਬ ਸਿੰਘ ਦੇ ਪਹਿਲੇ ਕਾਊਂਟਰ ਤੇ ਜਿੱਥੇ ਪਹਿਲੀ ਵਾਰ ਬਜਾਜ ਫੈਮਿਲੀ ਨੇ ਦੁੱਧ ਫਾੜ ਕੇ ਪਨੀਰ ਬਣਾਇਆ ਸੀਗਾ ਤੇ ਮੈਂ ਪਨੀਰ ਤਾਂ ਜ਼ਰੂਰ ਖਾਊਂਗੀ ਪਰ ਨਾਲ ਦੀ ਨਾਲ ਮੈਨੂੰ ਲੱਸੀ ਵੀ ਦਿਖ ਗਈ ਆ ਭਈਆ ਲੱਸੀ ਦੇ ਦੋ ਥੈਂਕ ਯੂ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਮੈਨੂੰ ਇਹ ਪਨੀਰ ਇੰਨਾ ਸਵਾਦ ਲੱਗਿਆ ਕਿ ਮੈਂ ਇੱਕ ਹੋਰ ਟੁਕੜਾ ਲੈ ਲਾ ਥੈਂਕ ਯੂ ਮੈਨੂੰ ਇਹ ਪੂਰਾ ਡੱਬਾ ਹੀ ਦੇ ਦੋ ਮੁੰਬਈ ਦੇ ਆਪਣੇ ਬੰਦਿਆਂ ਦੀ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇੱਥੇ ਵੀ ਫਾਸਟ ਲਾਈਫ ਦੇ ਫੰਡੇ ਨੂੰ ਅਪਣਾ ਲਿਆ ਹੈ ਇਹੀ ਰਾਜ਼ ਹੈ ਉਹਨਾਂ ਦੀ ਕਾਮਯਾਬੀ ਦਾ ਜਿਹੜਾ ਕਰ ਗਿਆ ਐਡਜਸਟ ਉਹੀ ਬਣ ਗਿਆ ਬੈਸਟ ਤੇ ਮੈਂ ਹੁਣ ਨਿਕਲਦੀ ਹਾਂ ਇੱਕ ਹੋਰ ਨਵੇਂ ਸ਼ਹਿਰ ਵਿੱਚ ਇੱਕ ਹੋਰ ਆਪਣੇ ਨਵੇਂ ਬੰਦੇ ਦੀ ਤਲਾਸ਼ 'ਚ ਤਦ ਤੱਕ ਮੈਨੂੰ ਦਿਓ ਇਜਾਜ਼ਤ ਟਾਟਾ ਬਾਏ ਬਾਏ ਸਾਯੋਨਾਰਾ ਹੱਸਦੇ ਰਹੋ ਤੇ ਹਸਾਉਂਦੇ ਰਹੋ ਜਿਉਂਦੇ ਵੱਸਦੇ ਰਹੋ ਰੱਬ ਰੱਖ